ਸਾਸਰਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮੈਂ ਵਰਨ ਕੌਰ ਮਾਨ ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਿਸ਼ ਦੀ ਸਪான்ਸਰ ਰੀਅਲ ਅਸਟੇਟ ਬਰੁਕਰ ਮੋਹਨ ਜੀਮਾ ਰੀਅਲ ਅਸਟੇਟ ਦੀ ਦੁਨੀਆ ਚ ਬੰਨਿਆ ਪਰਮੰਨਿਆ ਨਾਮ ਪੇਸ਼ ਤੇ ਪਹਿਲਾਂ ਝੁਣਵੀਆਂ ਖਬਰਾਂ ਯੂਕੇ ਸਰਕਾਰ ਦਾ ਵੱਡਾ ਫੈਸਲਾ 11 ਫਰਵਰੀ ਤੋਂ ਆਉਣ ਵਾਲੇ ਲੋਕਾਂ ਲਈ 네ਗੇਟਿਵ ਰਿਪੋਰਟ ਦੀ ਲੋਡ ਖਤਮ ਕੈਨੇਡਾ ਨੇ ਪਤੀ ਪਤਨੀ ਅਤੇ ਬੱਚੇ ਦੀ ਸਪான்ਸਰਸ਼ਿਪ ਲਈ ਨਵਾਂ ਇਮੀਗ੍ਰੇਸ਼ਨ ਐਪਲੀਕੇਸ਼ਨ ਟਰੈਕਰ ਕੀਤਾ ਲਾਂਚ ਵਾਈਡਨ ਨੇ ਰੂਸ ਚੀਨ ਦੀ ਵਧਤੀ ਨੇੜਤਾ ਤੇ ਕੱਸਿਆ ਤੰਜ ਕਿਹਾ ਕੋਈ ਨਵੀਂ ਨਹੀਂ ਗੱਲ ਉਟਾਵੱਚ ਕੋਵਿਡ-19 ਪਾਬੰਦੀਆਂ ਨੂੰ ਲੈ ਕੇ ਪ੍ਰਦਰਸ਼ਨ ਦਰਮਿਆਨ ਐਮਰਜੈਂਸੀ ਦਾ ਐਲਾਨ ਯੂਕਰੇਨ ਸਰਹੱਦ ਤੇ ਤਣਾਅ ਦਰਮਿਆਨ ਅਮਰੀਕਾ ਨੇ ਪੋਲੈਂਡ ਵਿੱਚ ਸੈਂਕੜੇ ਫੌਜੀਆਂ ਨੂੰ ਭੇਜਿਆ ਅਮਰੀਕਾ ਦਾ ਵੱਡਾ ਦਾਵਾ ਯੂਕਰੇਨ ਤੇ ਹਮਲਾ ਕਰਨ ਲਈ 70% ਦੀ ਰੂਸੀ ਸੈਨਾ ਤਿਆਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੋਰੋਨਾ ਦੇ ਘਟਦੇ ਮਾਮਲਿਆਂ ਤੇ ਚਲਦਿਆਂ ਯੂਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਹੁਣ ਇੱਥੇ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ 11 ਫਰਵਰੀ ਤੋਂ ਕੋਈ ਮੈਡੀਕਲ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਏਗੀ ਹਾਲਾਂਕਿ ਉਹਨਾਂ ਨੂੰ ਅਜੇ ਵੀ ਇੱਕ ਯਾਤਰੀ ਲੋਕੇਟਰ ਫਾਰਮ ਭਰਨਾ ਹੋਵੇਗਾ ਯੂਕੇ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਉਹਨਾਂ ਨੂੰ ਰਵਾਨਗੀ ਤੋਂ ਪਹਿਲਾਂ ਇੱਕ ਨੇਗੇਟਿਵ ਆਰਟੀ ਪੀਸੀਆਰ ਟੈਸਟ ਦੀ ਰਿਪੋਰਟ ਦੇਣੀ ਹੋਏਗੀ ਅਤੇ ਰਿਪੋਰਟ ਆਉਣ ਦੇ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਇੱਕ ਹੋਰ ਟੈਸਟ ਵੀ ਕਰਵਾਉਣਾ ਹੋਏਗਾ ਕਿਸੇ ਵੀ ਯਾਤਰੀ ਨੂੰ ਪਹੁੰਚਣ ਤੇ ਸੈਲਫ ਆਈਸੋਲੇਸ਼ਨ ਦੀ ਲੋੜ ਨਹੀਂ ਹੋਏਗੀ ਅਤੇ ਅਜਿਹਾ ਸਿਰਫ ਤਾਂ ਹੀ ਕਰਨਾ ਪਏਗਾ ਜੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਕੇ ਵਿੱਚ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾ ਕਰਨ ਵਾਲੇ ਯਾਤਰੀਆਂ ਲਈ ਸਾਰੇ ਟੈਸਟਿੰਗ ਉਪਾਅ 11 ਫਰਵਰੀ ਨੂੰ ਸਵੇਰੇ 4 ਵਜੇ ਤੋਂ ਹਟਾ ਦਿੱਤੇ ਜਾਣਗੇ ਕਿਉਂਕਿ ਸਰਕਾਰ ਯਾਤਰਾ ਸੈਕਟਰ ਨੂੰ ਮੁੜ ਖੋਲਣ ਲਈ ਇੱਕ ਕਦਮ ਹੋਰ ਅੱਗੇ ਵਧ ਰਹੀ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਨਿਯਮਾਂ ਵਿੱਚ ਬਦਲਾਅ ਵਿੱਦਕ ਸੰਸਥਾਵਾਂ ਲਈ ਫਰਵਰੀ ਦੇ ਅੱਧੇ ਕਾਰਜਕਾਲ ਤੋਂ ਪਹਿਲਾਂ ਕੀਤੇ ਜਾਣਗੇ ਤੇ ਬ੍ਰਿਟੇਨ ਦੇ ਬੂਸਟਰ ਪ੍ਰੋਗਰਾਮ ਦੀ ਸਫਲਤਾ ਦੀ ਪਾਲਣਾ ਕਰਨਗੇ ਯੂਕੇ ਸਰਕਾਰ ਦੇਸ਼ ਵਿੱਚ ਕੋਵਿਡ-19 ਵਾਖੀਨ ਅਤੇ ਬੂਸਟਰ ਰੋਲ ਆਊਟ ਦੀ ਸਫਲਤਾ ਕਰਕੇ ਯਾਤਰਾ ਪਾਬੰਦੀਆਂ ਦੀ ਗਿਣਤੀ ਨੂੰ ਘਟਾਉਣ ਦੇ ਸਮਰੱਥ ਹੈ ਕੈਨੇਡਾ ਨੇ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਜਿੱਥੇ પતિ ਪਤਨੀ ਅਤੇ ਬਾਲ ਸਪਾਂਸਰਸ਼ਿਪ ਬਿਨੇਕਾਰ ਆਪਣੇ ਇਮੀਗ੍ਰੇਸ਼ਨ ਅਰਜ਼ੀ ਨੂੰ ਆਨਲਾਈਨ ਟਰੈਕ ਕਰ ਸਕਦੇ ਨੇ ਟਰੈਕਰ ਸਰਕਾਰੀ ਵੈਬਸਾਈਟ ਤੇ ਪਾਇਆ ਜਾ ਸਕਦਾ ਹੈ ਇਹ ਵਰਤਮਾਨ ਵਿੱਚ ਸਿਰਫ ਉਹਨਾਂ ਲੋਕਾਂ ਲਈ ਹੈ ਜੋ પતિ ਪਤਨੀ ਕਾਮਨ ਲਾਅ ਅਤੇ ਨਿਰਪਰ ਚਾਈਲਡ ਸਪਾਂਸਰਸ਼ਿਪ ਲਈ ਅਰਜ਼ੀ ਦੇ ਰਹੇ ਨੇ ਇਹ ਬਿਨੇਕਾਰਾਂ ਦੇ ਨਾਲ-ਨਾਲ ਪ੍ਰਤੀਨਿਧਾਂ ਲਈ ਵੀ ਉਪਲਬਧ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਨਲਾਈਨ ਫਾਰਮ ਤੇ ਨੋਟ ਕਰਦਾ ਹੈ ਕਿ IRCC ਅਫਸਰਾਂ ਦੁਆਰਾ ਕੋਈ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵੀ ਸਮੇਂ ਟਰੈਕਰ ਦੀ ਜਾਣਕਾਰੀ ਬਦਲ ਸਕਦੀ ਹੈ ਏ ਵੀ ਕਹਿੰਦਾ ਹੈ ਕਿ ਸਪੌਂਸਰਸ਼ਿਪ ਅਪਲੀਕੇਸ਼ਨਾਂ ਦੀ ਅਸਲ ਪ੍ਰਗਤੀ ਅਤੇ ਟਰੈਕਰ ਵਿੱਚ ਦਿਖਾਈ ਗਈ ਜਾਣਕਾਰੀ ਵਿੱਚ ਕੁਝ ਦੇਰੀ ਜਾਂ ਅੰਤਰ ਹੋ ਸਕਦੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦੁਆਰਾ ਟਰੈਕਰ ਦੀ ਘੋਸ਼ਣਾ ਕੀਤੀ ਗਈ ਸੀ ਇਕ ਸਰਕਾਰੀ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਸੀਂ ਸਮਝਦੇ ਹਾਂ ਕਿ ਗਾਹਕਾਂ ਆਪਣੀਆਂ ਕੇਸ ਫਾਈਲਾਂ ਤੇ ਸਥਿਤੀ ਅਪਡੇਟ ਤੱਕ ਆਸਾਨ ਪਹੁੰਚਾਉਂਦੇ ਹਨ ਇਸ ਲਈ ਅਸੀਂ ਫਰਵਰੀ 2025 ਵਿੱਚ ਪਤੀ-ਪਤਨੀ ਅਤੇ ਨਿਰਪਰ ਲੋਕਾਂ ਲਈ ਇੱਕ ਨਵਾਂ ਸਥਾਈ ਨਿਵਾਸ ਐਪਲੀਕੇਸ਼ਨ ਟਰੈਕਰ ਵੀ ਪੇਸ਼ ਕਰਾਂਗੇ ਤਾਂ ਜੋ ਗਾਹਕ ਆਸਾਨੀ ਨਾਲ ਆਪਣੀ ਅਰਜ਼ੀ ਦੀ ਜਾਣਕਾਰੀ ਅਤੇ ਸਥਿਤੀ ਨੂੰ ਆਨਲਾਈਨ ਐਕਸੈਸ ਕਰ ਸਕਣ ਸਰਕਾਰ 2022 ਦੀਆਂ ਗਰਮੀਆਂ ਵਿੱਚ ਹੋਰ ਵਿ ਵਿਖੀ ਪ੍ਰਵਾਸੀਆਂ ਲਈ ਆਨਲਾਈਨ ਅਰਜ਼ੀਆਂ ਦਾ ਵਿਸਤਾਰ ਕਰਨਾ ਚਾਹੁੰਦੀ ਹੈ ਵਿਦੇਸ਼ੀ ਆਨਲਾਈਨ ਅਰਜ਼ੀ ਪ੍ਰਕਿਰਿਆਵਾਂ ਵਿੱਚ ਤਬਦੀਲੀ ਦਾ ਉਦੇਸ਼ ਕਾਗਜ਼ੀ ਅਰਜ਼ੀਆਂ ਅਤੇ ਮਹਾਮਾਰੀ ਨਾਲ ਜੁੜੀਆਂ ਪ੍ਰਕਿਰਿਆਵਾਂ ਵਿੱਚ ਦੇਰੀ ਨੂੰ ਘਟਾਉਣਾ ਹੈ ਰੀਲੀਜ਼ ਵਿੱਚ ਸਰਕਾਰ ਨੇ ਲਿਖਿਆ ਕਿ ਅੱਜ ਤੱਕ ਦੀਆਂ ਕੋਸ਼ਿਸ਼ਾਂ ਨੇ ਨਵੇਂ પતિ ਪਤਨੀ ਸਪੌਂਸਰਸ਼ਿਪ ਬਿਨੇਕਾਰਾਂ ਨੂੰ 12 ਮਹੀਨਿਆਂ ਦੇ ਸੇਵਾ ਮਿਆਰ ਤੇ ਵਾਪਸ ਲੈਣ ਲਈ ਔਸਤ ਪ੍ਰਕਿਰਿਆ ਦੇ ਸਮੇਂ ਦੀ ਆਗਿਆ ਦਿੱਤੀ ਹੈ। ਕੈਨੇਡਾ ਵਪਾਰ ਦੀਆਂ ਸਾਰੀਆਂ ਲਾਈਨਾਂ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਵਿੱਚ ਇੱਕ ਬੈਕਲੌਗ ਦਾ ਅਨੁਭਵ ਕਰ ਰਿਹਾ ਹੈ। ਦਸੰਬਰ 2021 ਤੱਕ 54683 પતિ ਪਤਨੀ ਸਪੌਂਸਰਸ਼ਿਪ ਬਿਨੇਕਾਰ ਅਤੇ 8848 ਬੱਚੇ ਹੋਰ ਪਰਿਵਾਰਕ ਸ਼੍ਰੇਣੀਆਂ ਦੇ ਬਿਨੇਕਾਰ ਫੈਸਲੇ ਦੀ ਉਡੀਕ ਕਰ ਰਹੇ ਸਨ। ਯੂਕਰੇਨ ਨਾਲ ਵੱਧਦੇ ਤਣਾਅ ਤੋਂ ਬਾਅਦ ਰੂਸ ਦੇ ਚੀਨ ਨਾਲ ਨਵੇਂ ਗੱਠ ਜੋੜਦਿਆਂ ਰਿਪੋਰਟਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਦਾ ਬਿਆਨ ਆਇਆ ਵਾਈਡਨ ਨੇ ਰੂਸ ਚੀਨ ਦੀ ਵੱਧਦੀ ਨੇੜਤਾ ਨੂੰ ਪੁਰਾਣੀ ਦੱਸਿਆ ਅਮਰੀਕੀ ਰਾਸ਼ਟਰਪਤੀ ਨੇ ਐਤਵਾਰ ਨੂੰ ਕਿਹਾ ਕਿ ਚੀਨੀ ਤੇ ਰੂਸੀ ਦੇਸ਼ਾਂ ਦੇ ਮੁਖੀਆਂ ਨੇ ਪਿਛਲੇ ਹਫਤੇ ਬੀਜਿੰਗ ਵਿੱਚ ਮੁਲਾਕਾਤ ਤੋਂ ਬਾਅਦ ਆਪਣੇ ਦੇਸ਼ਾਂ ਵਿਚਾਲੇ ਦੋਸਤੀ ਦੀ ਪੁਸ਼ਟੀ ਕੀਤੀ ਪਰ ਅਜਿਹਾ ਕੁਝ ਵੀ ਨਵਾਂ ਨਹੀਂ ਹੈ ਪੱਤਰਕਾਰਾਂ ਦੁਆਰਾ ਪੁੱਛੇ ਜਾਣਤੇ ਕਿ ਰੂਸ ਦੇ ਚੀਨ ਦੇ ਬਹੁਤ ਨੇੜੇ ਆਉਣ ਤੋਂ ਚਿੰਤਤ ਸਨ ਵਾਈਡਨ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਨਵੀਂ ਗੱਲ ਨਹੀਂ ਜ਼ਿਕਰਯੋਗ ਹੈ ਕਿ ਵਾਈਡਨ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਬਾਲਾਦਮੀਰ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਆਇਆ ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਦੋਵਾਂ ਰਾਸ਼ਟਰਪਤੀਆਂ ਨੇ ਚੀਨ ਰੂਸ ਦੇ ਸਬੰਧ ਤੇ ਅੰਤਰਰਾਸ਼ਟਰੀ ਰਣਨੀਤਿਕ ਸੁਰੱਖਿਆ ਅਤੇ ਸਰਤਾ ਨਾਲ ਜੁੜੇ ਪ੍ਰਮੁੱਖ ਮੁੱਦਿਆਂ ਤੇ ਡੂੰਘਾਈ ਨਾਲ ਚਰਚਾ ਕੀਤੀ। ਦਰਅਸਲ ਬੀਜਿੰਗ 올림픽 ਖੇਡਾਂ ਦੇ ਜਸ਼ਨਾਂ ਦਾ ਹਿੱਸਾ ਬਣਨ ਗਏ ਰੂਸ ਦੇ ਰਾਸ਼ਟਰਪਤੀ ਬਲਾਦੀ ਮੀਰ ਪੋਤਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਇਸ ਤੌਦਾ ਗੈਸ ਅਤੇ ਤੇਲ ਦੀ ਸਪਲਾਈ ਨਾਲ ਸੰਬੰਧਿਤ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੂਰੇ ਯੂਰਪ ਨੂੰ ਜ਼ਿਆਦਾਤਰ ਗੈਸ ਅਤੇ ਤੇਲ ਦੀ ਸਪਲਾਈ ਰੂਸ ਤੋਂ ਆਉਂਦੀ ਹੈ ਪਰ ਹਾਲ ਹੀ ਦੇ ਦਿਨਾਂ ਵਿੱਚ ਯੂਕਰੇਨ ਨਾਲ ਤਣਾ ਬਦਲਣ ਅਤੇ ਅਮਰੀਕਾ ਦੇ ਇਸ ਵਿੱਚ ਕੁਦੜ ਨਾਲ ਸਥਿਤੀ ਬਦਲ ਗਈ ਹੈ ਇਸ ਕਾਰਨ ਰੂਸ ਆਪਣੇ ਵਪਾਰਕ ਭਾਈਵਾਲਾਂ ਵੱਜੂ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ ਕੈਨੇਡਾ ਦੀ ਰਾਜਧਾਨੀ ਉਟਾਵਾ ਦੇ ਮੇਅਰ ਜिम ਵਾਟਸਨ ਨੇ ਐਤਵਾਰ ਨੂੰ ਉਟਾਵਾ ਵਿੱਚ ਕੋਵਿਡ-19 ਪਾਬੰਦੀਆਂ ਕਾਰਨ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਇਸ ਦੌਰਾਨ ਕੈਨੇਡਾ ਵਿੱਚ ਇੱਕ ਸਾਬਕਾ ਅਮਰੀਕੀ ਰਾਜਦੂਤ ਨੇ ਕਿਹਾ ਕਿ ਅਮਰੀਕੀ ਸਮੂਹਾਂ ਨੂੰ ਕੈਨੇਡਾ ਦੇ ਗਰੇਲੂ ਮਾਮਲਿਆਂ ਵਿੱਚ ਦਾਖਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਮੇਅਰ ਜिम ਵਾਟਸਨ ਨੇ ਕਿਹਾ ਕਿ ਇਹ ਘੋਟਨਾ ਸਰਕਾਰ ਤੇ ਵੱਖ-ਵੱਖ ਪੱਧਰਾਂ ਤੋਂ ਸਹਿਯੋਗ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ ਇਸ ਨਾਲ ਸ਼ਹਿਰ ਨੂੰ ਸੇਵਾਵਾਂ ਦੀ ਖਰੀਦ ਅਤੇ ਸਪਲਾਈ ਲਈ ਵਾਧੂ ਸਹਾਇਤਾ ਮਿਲੇਗੀ ਜਿਸ ਨਾਲ ਫਰੰਟਲਾਈਨ ਕਰਮਚਾਰੀਆਂ ਲਈ ਲੋੜਿੰਦੇ ਉਪਕਰਣ ਖਰੀਦਣ ਵਿੱਚ ਮਦਦ ਮਿਲ ਸਕਦੀ ਹੈ ਉਟਾਵਾ ਵਿੱਚ ਵੀਕਐਂਡ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ ਸ਼ਹਿਰ ਵਿੱਚ ਪਿਛਲੇ ਹਫ਼ਤੇ ਤੋਂ ਹੀ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਪਾਬੰਦੀਆਂ ਦਾ ਵਿਰੋਧ ਕਰ ਰਹੇ ਆਜ਼ਾਦੀ ਟਰੱਕ ਕਾਫਲੇ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਸਮੇਤ ਯੂਐਸ ਰਿਪਬਲਿਕਨ ਪਾਰਟੀ ਦੇ ਕਈ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੋਇਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਕੈਨੇਡਾ ਦੇ ਰਾਸ਼ਦੂਤ ਰਹੇ ਬਰੂਸ ਹੀਮਨ ਨੇ ਟਵੀਟ ਕੀਤਾ ਅਮਰੀਕਾ ਵਿੱਚ ਕਿਸੇ ਵੀ ਸਮੂਹ ਨੂੰ ਕਿਸੇ ਵੀ ਸਥਿਤੀ ਵਿੱਚ ਕੈਨੇਡਾ 'ਚ ਵਿਗੜਨ ਪੈਦਾ ਕਰਨ ਦੀਆਂ ਗਤੀਵਿਧੀਆਂ ਲਈ ਫੰਡ ਨਹੀਂ ਦੇਣਾ ਚਾਹੀਦਾ ਹੇ ਮਾਨ ਨੇ ਕਿਹਾ ਕਿ ਰਿਪਬਲਿਕਨ ਰੂਸ ਦੇ ਬਚਾਏ ਕੈਨੇਡਾ ਦੇ ਘਟਨਾਕ੍ਰਮ ਨੂੰ ਲੈ ਕੇ ਜ਼ਿਆਦਾ ਚਿੰਤਤ ਨਜ਼ਰ ਆਉਂਦੇ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ ਪੂਰਬੀ ਪੋਲੈਂਡ ਵਿੱਚ ਐਤਵਾਰ ਨੂੰ ਸੈਂਕੜੇ ਅਮਰੀਕੀ ਫੌਜੀ ਪਹੁੰਚੇ ਰਾਸ਼ਟਰਪਤੀ ਜੋ ਵਾਈਡਨ ਨੇ ਯੂਕਰੇਨ ਤੇ ਰੂਸ ਦੇ ਹਮਲਾਵਾਰ ਦੇ ਖਦਸ਼ੀ ਨੂੰ ਦਰਮਿਆਨ ਉੱਥੇ 1700 ਫੌਜੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਅਮਰੀਕੀ ਫੌਜ ਦੇ ਬੋਇੰਗ ਸੀ 17 ਗਲੋਮਬਾਸਟਰ ਜਹਾਜ਼ ਵਿੱਚ ਸਵਾਰ ਹੋ ਕੇ 82ਵੀਂ 에어본 ਡਿਵੀਜ਼ਨ ਦੀ 에어본 ਇਨਫੈਂਟਰੀ ਦੇ ਫੌਜੀ ਜਿਸ ਸੋਬ ਜਿਸ ਉਹਨਾਂ ਦਾ ਹਵਾਈ ਅੱਡੇ ਤੇ ਪਹੁੰਚੇ ਉਹਨਾਂ ਦਾ ਕਮਾਂਡਰ ਮੇਜਰ ਜਨਰਲ ਕ੍ਰਿਸਟੋਫਰ ਡਿਨਾਹੂ ਜੋ 3 ਅਕਤੂਬਰ ਨੂੰ ਅਫਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ ਸੀ ਵਾਰਡਨ ਨੇ ਪੋਲੈਂਡ ਰូមਾਨੀਆ ਤੇ ਜਰਮਨੀ ਵਿੱਚ ਬਾਦੂ ਅਮਰੀਕੀ ਫੌਜੀ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਤਾਂਕਿ ਸਹਿਯੋਗੀਆਂ ਅਤੇ ਦੁਸ਼ਮਣਾਂ ਦੋਵਾਂ ਨੂੰ ਰੂਸ ਅਤੇ ਯੂਕਰੇਨ ਵਿੱਚ ਵੱਧਦੇ ਤਣਾਅ ਦਰਮਿਆਨ ਨਾਟੋ ਦੇ ਪੂਰਬੀ ਹਿੱਸੇ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਦਿਖਾਇਆ ਜਾ ਸਕੇ ਨਾਟੋ ਦੇ ਪੂਰਬੀ ਮੈਂਬਰ ਪੋਲੈਂਡ ਦੀ ਸਰਹੱਦ ਰੂਸ ਅਤੇ ਯੂਕਰੇਨ ਦੋਵਾਂ ਨਾਲ ਲੱਗਦੀ ਹੈ ਰੂਮਾਨੀਆ ਦੀ ਸਰਹੱਦ ਯੂਕਰੇਨ ਨਾਲ ਲੱਗਦੀ ਹੈ ਪੋਲੈਂਡ 'ਚ 2017 ਤੋਂ ਕਰੀਬ 4000 ਅਮਰੀਕੀ ਫੌਜੀ ਤਾਇਨਾਤ ਨੇ ਅਮਰੀਕੀ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਹਫ਼ਤਿਆਂ 'ਚ ਯੂਕਰੇਨ 'ਤੇ ਹਮਲਾ ਕਰਨ ਲਈ ਰੂਸ ਲੜਿੰਦੀ 70% ਦੀ ਮਿਲਟਰੀ ਸਮਰੱਥਾ ਨਾਲ ਪੂਰੀ ਤਰ੍ਹਾਂ ਤਿਆਰ ਹੈ। ਵਾਸ਼ਿੰਗਟਨ ਪੋਸਟ ਨੇ ਮੁਲਾਂਕਣ ਤੋਂ ਜਾਣੂ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਉੱਥੇ 83 ਰੂਸੀ ਬਟਾਲੀਅਨ ਸਮਾਰਕ ਗਰੁੱਪ ਹਨ ਹਰੇਕ ਸਮੂਹ ਵਿੱਚ ਲਗਭਗ 750 ਸੈਨਿਕ ਸਨ ਜੋ ਸੰਭਾਵਿਤ ਹਮਲੇ ਲਈ ਤਿਆਰ ਸਨ। ਉਨਾਂ ਨੇ ਕਿਹਾ ਕਿ ਯੂਕਰੇਨ ਤੇ ਹਮਲਾ ਕਰਨ ਲਈ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੂੰ ਕੁੱਲ ਮਿਲਟਰੀ ਸਮਰੱਥਾ ਦੀ ਲਗਭਗ 70% ਦੀ ਤਾਕਤ ਦੀ ਲੋੜ ਹੋਏਗੀ। ਉੱਥੇ ਅਖਬਾਰ ਤਾਹਿਲ ਨੇ ਸੈਨੀਟਰ ਮਾਰਕਰ ਦੇ ਹਵਾਲੇ ਨਾਲ ਕਿਹਾ ਹੈ ਕਿ ਰੂਸ ਵੱਲੋਂ ਯੂਕਰੇਨ ਤੇ ਇੱਕ ਹਮਲਾ ਹੋਣ ਵਾਲਾ ਸੀ ਅਤੇ ਇਹ 1945 ਦੇ ਬਾਅਦ ਤੋਂ ਯੂਰਪ ਵਿੱਚ ਸਭ ਤੋਂ ਮਹੱਤਵਪੂਰਨ ਖਤਰਾ ਹੈ। ਇਸ ਤੋਂ ਪਹਿਲਾਂ ਯੂਕਰੇਨ ਵਿੱਚ ਸਵੈ-ਘੋਸ਼ਿਤ ਲੋਹਾਨਸਕ ਪੀਪਲਜ਼ ਰਿਪਬਲਿਕ ਦੇ ਮਿਲੀਸ਼ੀਆ ਸੈਨਾ ਨੇ ਕਿਹਾ ਕਿ ਦੇਸ਼ ਦੀ ਸੈਨਾ ਦੇ ਬਖਤਰਬੰਦ ਵਾਹਨਾਂ ਨੂੰ ਐਤਵਾਰ ਨੂੰ ਡੋਨਵਾਸ ਵਿੱਚ ਲਾਈਨ ਆਫ ਕੰਟੈਕਟ ਨੇੜੇ ਕੀ ਵੱਲੋਂ ਕੰਟਰੋਲ ਮੁਰਾਟੋ ਪਿੰਡ ਨੇੜੇ ਤਾਇਨਾਤ ਕੀਤਾ ਗਿਆ ਹੈ। ਰੂਸ ਨੇ ਸੰਭਾਵਨਾ ਜਤਾਈ ਹੈ ਕਿ ਅਮਰੀਕਾ ਉਸਦੇ 28 ਡਿਪਲੋਮੇਟਾਂ ਨੂੰ ਜੁਲਾਈ ਤੱਕ ਦੇਸ਼ ਛੱਡਣ ਦਾ ਆਦੇਸ਼ ਦੇਗਾ। ਉੱਥੇ ਅਮਰੀਕਾ ਨੇ ਰੂਸੀ ਰਾਜਦੂਤ ਅਨਾਤੋਲੀ ਐਂਟਰੋਵ ਨੇ ਕਿਹਾ ਕਿ ਹਾਲਾਂਕਿ ਅਸੀਂ ਵਾਅਦਾ ਕੀਤਾ ਹੈ ਕਿ ਰੂਸ ਡਿਪਲੋਮੈਟਿਕ ਸੰਬੰਧਾਂ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰਤਾ ਰਹੇਗਾ ਐਂਟੋਨੋਵ ਨੇ ਲਾਈਵ ਸ਼ੋਅ ਵਿੱਚ ਕਿਹਾ ਕਿ 28 ਹੋਰ ਰੂਸੀ ਡਿਪਲੋਮੇਟਾਂ ਨੂੰ 3 ਜੂਨ ਤੱਕ ਅਮਰੀਕਾ ਛੱਡਣਾ ਹੋਏਗਾ ਰਾਜਦੂਤ ਨੇ ਕਿਹਾ ਕਿ ਜਿਹੜੇ 29 ਰੂਸੀ ਡਿਪਲੋਮੈਟਾਂ ਨੂੰ ਪਿਛਲੇ ਸਾਲ ਨਵੰਬਰ ਵਿੱਚ ਇਸ ਜਨਵਰੀ ਦੇ ਅਖੀਰ ਤੱਕ ਅਮਰੀਕਾ ਛੱਡਣ ਲਈ ਕਿਹਾ ਗਿਆ ਸੀ ਉਹਨਾਂ ਨੂੰ ਇੱਕ ਦਿਨ ਦੀ ਦੇਰੀ ਹੋਣ ਤੇ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ ਇਹ ਪੁੱਛੇ ਜਾਣ ਤੇ ਕਿ ਦੋਵੇਂ ਦੇਸ਼ ਡਿਪਲੋਮੈਟਿਕ ਸੰਬੰਧ ਖਤਮ ਕਰਨ ਦੇ ਕੰਡੇ ਨੇ ਤਾਂ ਰਾਜਦੂਤ ਨੇ ਕਿਹਾ ਕਿ ਰਾਸ਼ਟਰਪਤੀ ਬਲਾਦੀ ਮੀਰ ਪੁਤਿਨ ਅੱਗੇ ਦਾ ਫੈਸਲਾ ਕਰਨਗੇ ਉਹਨਾਂ ਨੇ ਕਿਹਾ ਕਿ ਦੂਤਾਵਾਸ ਅਮਰੀਕਾ ਰੂਸੀ ਸੰਬੰਧਾਂ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰਦਿਆਂ ਕੰਮ ਕਰੇਗਾ ਐਨਟੋ ਨੋਵ ਨੇ ਕਿਹਾ ਕਿ ਰੂਸੀ ਡਿਪਲੋਮੈਟਾ ਨੇ ਅਖੀਰੀ ਵਾਰ 31 ਫਰਵਰੀ ਨੂੰ ਬਿਆਨਨਾ ਵਿੱਚ ਆਪਣੇ ਅਮਰੀਕੀ ਹਮਰਤਬਿਆਂ ਨਾਲ ਮੁਲਾਕਾਤ ਕੀਤੀ ਸੀ ਪਰ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ ਉਨ੍ਹਾਂ ਨੇ ਕਿਹਾ ਕਿ ਰੂਸੀ ਸਹਿਯੋਗੀਕ ਸਕਾਰਾਤਮਕ ਪ੍ਰੋਗਰਾਮ ਨਾਲ ਉਥੇ ਗਏ ਸਨ ਜਿਸ ਦਾ ਉਦੇਸ਼ ਪੂਰੀ ਤਰ੍ਹਾਂ ਨਾਲ ਅਮਰੀਕਾ ਅਤੇ ਰੂਸ ਵਿੱਚ ਡਿਪਲੋਮੈਟਿਕ ਕੰਮਾਂ ਦੀਆਂ ਸਾਰੀਆਂ ਸੀਮਾਵਾਂ ਨੂੰ ਹਟਾਉਣਾ ਡਿਪਲੋਮੈਟਾਂ ਨੂੰ ਹਮੇਸ਼ਾ ਵਾਂਗ ਕੰਮ ਕਰਨ ਦੀ ਆਗਿਆ ਦੇਣਾ ਵੀਜ਼ਾ ਬਾਰ ਨੂੰ ਖਤਮ ਕਰਨਾ ਅਤੇ ਸਾਡੇ ਡਿਪਲੋਮੈਟਿਕ ਮਿਸ਼ਨਾਂ ਦੇ ਕੰਮਾਂ ਨੂੰ ਬਹਾਲ ਕਰਨਾ ਸੀ ਟੈਕਸਾਸ ਸੂਬੇ ਵਿੱਚ ਇੱਕ ਬੰਦੂਕਧਾਰੀ ਨੇ ਆਪਣੇ ਹੀ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਪੁਲਿਸ ਤੇ ਪੁੱਜਣ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਪੁਲਿਸ ਨੇ ਸ਼ਨੀਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਖਰੂਸੀਖਾਨਾ ਪੁਲਿਸ ਮੁਖੀ ਰਾਬਰਟ ਨੇ ਖਰੂਸੀਖਾਨਾ ਡੇਲੀ ਸਾਨ ਨੂੰ ਦੱਸਿਆ ਹੈ ਕਿ ਡਲਾਸ ਦੇ ਦੱਖਣ ਵਿੱਚ ਲਗਭਗ 80 ਕਿਲੋਮੀਟਰ ਦੂਰ ਵਿੱਚ ਰਾਤ ਨੂੰ ਗੋਲਾਬਾਰੀ ਹੋਈ ਅਤੇ ਗੋਲਾਬਾਰੀ ਦੀ ਇੱਕ ਹੋਰ ਘਟਨਾ ਖਰੂਸੀਖਾਨਾ ਦੇ ਪੱਛਮ ਵਿੱਚ ਕਰੀਬ 30 ਕਿਲੋਮੀਟਰ ਦੂਰ ਫਰਾਸਟ ਵਿੱਚ ਵਾਪਰੀ ਰੌਬਰਟ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕ੍ਰੋਸੀਕਾਨਾ ਦਾ ਇੱਕ ਪੁਰਸ਼ ਅਤੇ ਮਹਿਲਾ ਅਤੇ ਫਰਾਸਟ ਵਿੱਚ ਇੱਕ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਨੇ ਕ੍ਰੋਸੀਕਾਨਾ ਵਿੱਚ ਗੋਲੀਬਾਰੀ ਵਿੱਚ ਦੋ ਲੋਕ ਜ਼ਖਮੀ ਵੀ ਹੋਏ ਅਤੇ ਫਰਾਸਟ ਵਿੱਚ ਤੀਜਾ ਵਿਅਕਤੀ ਜ਼ਖਮੀ ਹੋਇਆ ਅਥਾਰਟੀ ਵੱਲੋਂ ਮ੍ਰਿਤਕਾਂ ਦੇ ਨਾਂ ਅਤੇ ਉਮਰ ਨੂੰ ਜਨਤਕ ਨਹੀਂ ਕੀਤਾ ਗਿਆ ਰੌਬਰਟ ਨੇ ਦੱਸਿਆ ਕਿ ਸ਼ੱਕੀ ਦੀ ਗੱਲ ਜੀਪੀਐਸ ਦੀ ਮਦਦ ਨਾਲ ਮਿਲੀ ਅਤੇ ਇਸ ਤੇ ਇੰਜਣ ਨੂੰ ਬੰਦ ਕਰਨ ਲਈ ਪੁਲਿਸ ਨੇ ਮੌਨਟਰੀਂਗ ਸਰਵਿਸ ਦੀ ਮਦਦ ਲਈ ਰੋਬਰਟ ਜான்ਸਨ ਨੇ ਅੱਗੇ ਦੱਸਿਆ ਕਿ ਅਧਿਕਾਰੀਆਂ ਨੇ ਉਸ ਸ਼ੱਕੀ ਵਿਅਕਤੀ ਨੂੰ ਲੱਭਣ ਲਈ ਗੱਡੀ ਦਾ ਪਤਾ ਲਗਾਇਆ ਸ਼ੱਕੀ ਦੇ ਸਿਰ ਤੇ ਸਾਫ਼ ਤੌਰ ਤੇ ਬੰਦੂਕ ਦੀ ਗੋਲੀ ਦਾ ਇੱਕ ਜ਼ਖਮ ਸੀ ਬਾਅਦ ਵਿੱਚ ਹਸਪਤਾਲ ਚ ਉਸਦੀ ਮੌਤ ਹੋ ਗਈ ਸ਼ੱਕੀ ਬੰਦੂਕਧਾਰੀ ਦਾ ਨਾਂ ਵੀ ਜਾਰੀ ਨਹੀਂ ਕੀਤਾ ਗਿਆ ਕੈਨੇਡਾਜ਼ ਮਾਨੀਟੋਬਾ ਸੂਬੇ ਦੀ ਰਾਜਧਾਨੀ ਵਿਨੀਪਾਗ ਵਿੱਚ ਕੋਵਿਡ-19 ਪਾਬੰਦੀਆਂ ਤੇ ਜ਼ਰੂਰੀ ਟੀਕਾ ਕਰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਇੱਕ ਵਾਹਨ ਚੜ ਜਾਣ ਨਾਲ ਘੱਟੋ-ਘੱਟ ਚਾਰ ਲੋਕ ਜ਼ਖਮੀ ਹੋ ਗਏ ਬੀਨੀਪੈਗ ਪੁਲਿਸ ਨੇ ਕਿਹਾ ਕਿ ਹਿੱਟ ਐਂਡ ਰਨ ਦੀ ਘਟਨਾ ਸ਼ੁੱਕਰਵਾਰ ਰਾਤ ਦੀ ਹੈ ਉਹਨਾਂ ਨੇ ਦੱਸਿਆ ਕਿ ਇੱਕ ਸੰਖੇਪ ਚਹਿਹ ਆਪਰੇਸ਼ਨ ਤੋਂ ਬਾਅਦ ਵਾਹਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹਨਾਂ ਦਾ ਮੌਕੇ ਤੇ ਹੀ ਇਲਾਜ ਕੀਤਾ ਗਿਆ ਜਦਕਿ ਚੌਥੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ 42 ਸਾਲਾ ਸ਼ੱਕੀ ਵਿਅਕਤੀ ਤੇ ਕਈ ਦੋਸ਼ ਨੇ ਉਹ ਮੈਨੀਟੋਬਾ ਵਿਧਾਨਪਵਨ ਦੇ ਬਾਹਰ ਆਯੋਜਿਤ ਕੀਤੀ ਗਈ ਇਸ ਰੈਲੀ ਵਿੱਚ ਸ਼ਾਮਲ ਨਹੀਂ ਸੀ ਜ਼ਿਕਰਯੋਗ ਹੈ ਕਿ ਕੈਨੇਡਾ ਚ ਕੋਵਿਡ-19 ਉਪਵਾਮਾ ਵਿਰੁੱਧ ਵਿਰੋਧ ਦਾ سلسلہ ਜਨਵਰੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ ਜਦੋਂ ਹਜ਼ਾਰਾਂ ਟਰੱਕ ਅਤੇ ਹੋਰ ਪ੍ਰਦਰਸ਼ਨਕਾਰੀ ਅਮਰੀਕੀ ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਜ਼ਰੂਰੀ ਟੀਕਾ ਕਰਨ ਦਾ ਸਖਤ ਵਿਰੋਧ ਕਰਦੇ ਹੋਏ ਓਟਾਵਾ ਚ ਇਕੱਠੇ ਹੋਏ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਉਹਨਾਂ ਦਾ ਪਰਿਵਾਰ ਕਿਸੇ ਸੁਰੱਖਿਅਤ ਜਗ੍ਹਾ ਤੇ ਰਹਿ ਰਿਹਾ ਹੈ। ਯੂਕੇ ਦੇ 100 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਜਿੱਥੇ ਬੰਦੀਆਂ ਵੱਲੋਂ ਸਾਂਝਾ ਪੱਤਰ ਲਿਖ ਕੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਪੌਲਸ ਜੌਨਸਨ ਨੂੰ ਲਿਖੇ ਪੱਤਰ ਵਿੱਚ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਸਾਲ ਸੰਦੇਸ਼ ਜਾਰੀ ਨਾ ਕਰਨ ਪ੍ਰੀਤੀ ਪਟੇਲ ਦੀਆਂ ਸਿੱਖ ਕੌਮ ਵਿਰੁੱਧ અપਮਾਨਜਨਕ ਅਤੇ ਕਿਣੌੜੀਆਂ ਟਿੱਪਣੀਆਂ ਅਤੇ ਜਗਤਾਰ ਸਿੰਘ ਜੋਹਲ ਦੀ ਰਿਹਾਈ ਦੇ ਮਾਮਲੇ ਨੂੰ ਉਠਾਇਆ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ 19 ਨਵੰਬਰ 2021 ਨੂੰ ਜੋ ਵਾਈਡਨ, ਜੋਸਟਿਨ ਟਰੂਡੋ, ਸਕਾਟ ਮੌਰਿਸਨ, ਇਮਰਾਨ ਖਾਨ, ਨਰਿੰਦਰ ਮੋਦੀ ਆਦਿ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸੰਦੇਸ਼ ਜਾਰੀ ਕੀਤੇ। ਕਈ ਸਾਲਾਂ ਬਾਅਦ ਪਹਿਲੀ ਵਾਰ 10 ਡਾਊਨਿੰਗ ਸਟਰੀਟ ਤੋਂ ਤੁਹਾਡੇ ਦੁਆਰਾ ਕੋਈ ਸੰਦੇਸ਼ ਜਾਰੀ ਕਿਉਂ ਨਹੀਂ ਕੀਤਾ ਗਿਆ ਸੀ? ਕਿਰਪਾ ਕਰਕੇ ਵਰਤਾਨਵੀ ਸਿੱਖ ਕੌਮ ਨੂੰ ਲਿਖਤੀ ਪ੍ਰੋਸਤਾ ਦਿਵਾਓ ਕਿ ਇਹ ਗਲਤੀ ਨਹੀਂ ਦੁਹਰਾਈ ਜਾਏਗੀ ਅਤੇ ਭਵਿੱਖ ਵਿੱਚ ਗੁਰਪੁਰੋ ਮੌਕੇ ਸਿੱਖ ਕੌਮ ਨਾਲ ਇੱਕ ਸੁਨੇਹਾ ਸਾਂਝਾ ਕੀਤਾ ਜਾਏਗਾ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਗੁਰਪੁਰੋ ਮੌਕੇ ਅਮਰੀਕਾ ਵਿੱਚ ਹੈਰੀਟੇਜ ਫਾਊਂਡੇਸ਼ਨ ਨੂੰ ਜੋ ਭਾਸ਼ਣ ਦਿੱਤਾ ਸੀ ਭਾਸ਼ਣ ਵਿੱਚ ਉਸਨੇ ਹਮਾਸ ਤੇ ਪਾਬੰਦੀ ਲਗਾਉਣ ਤੇ ਚਾਰ ਕੱਟੜ ਸੱਜੇ ਪੱਖੀ ਸਮੂਹਾਂ ਤੇ ਪਾਬੰਦੀ ਲਗਾਉਣ ਬਾਰੇ ਗੱਲ ਕੀਤੀ ਹੈ ਪਰ ਫਿਰ ਇਹ ਕਿਹਾ ਕਿ ਸਿੱਖ ਵੱਖਵਾਦੀ ਕੱਟੜਪੰਥੀ ਨੇ ਵੀ ਹਾਲ ਹੀ ਦੇ ਸਾਲਾਂ ਵਿੱਚ ਕਾਫੀ ਤਣਾਅ ਪੈਦਾ ਕੀਤਾ ਹੈ ਸਿੱਖਾਂ ਦਾ ਇਹ ਹਵਾਲਾ ਡੂੰਘੀ અપਮਾਨਜਨਕ ਵਾਲਾ ਹੈ ਅਤੇ ਇਸ ਨੇ ਬਰਤਾਨਵੀ ਸਿੱਖ ਪਾਇਚਾਰੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਯੂਕੇ ਦਾ ਹਰទੂਜਾ ਸੰਸਦ ਮੈਂਬਰ ਬ੍ਰਿਟਿਸ਼ ਇਕਤਾ ਵਰਣਨ ਕਰਦਿਆਂ ਇੱਕ ਰੋਲ ਮਾਡਲ ਪਾਇਚਾਰਾ ਆਖਦਾ ਹੈ ਖਾਸ ਕਰਕੇ ਕਿਹਾ ਕਿ ਮਹਾਮਾਰੀ ਦੌਰਾਨ ਸਿੱਖ ਪਾਇਚਾਰੇ ਨੇ ਇੱਕ ਵਿਸ਼ਾਲ ਸਕਾਰਾਤਮਕ ਯੋਗਦਾਨ ਪਾਇਆ ਸਿੱਖਾਂ ਨੇ ਮੰਗ ਕੀਤੀ ਹੈ ਕਿ ਗ੍ਰਹਿ ਮੰਤਰੀ ਅਤੇ ਉਸ ਦਾ ਭਾਸ਼ਣ ਲਿਖਣ ਵਾਲਿਆਂ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਤੇ ਉਸ ਨੂੰ ਸਿੱਖ ਭਾਈਚਾਰੇ ਪ੍ਰਤੀ અપਮਾਨਜਨਕ ਟਿੱਪਣੀਆਂ ਅਤੇ ਕਾਰਵਾਈਆਂ ਲਈ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਜਗਤਾਰ ਸਿੰਘ ਜੌਲ ਦੀ ਰਿਹਾਈ ਲਈ ਸਰਕਾਰ ਵੱਲੋਂ ਜਲਦੀ ਕਦਮ ਉਠਾਉਣ ਦੀ ਮੰਗ ਵੀ ਕੀਤੀ ਗਈ ਹੈ ਭਾਰਤੀ ਵਿਗਿਆਨੀਆਂ ਨੇ ਇੱਕ ਅਜੀਹਾ ਟੀਕਾ ਤਿਆਰ ਕਰਨ ਦਾ ਦਾਵਾ ਕੀਤਾ ਹੈ ਜੋ ਕਿ ਕਰੋਨਾ ਵਾਇਰਸ ਦੇ ਸਾਰੇ ਰੂਪਾਂ ਵਿਰੁੱਧ ਅਸਰਦਾਰ ਹੋ ਸਕਦਾ ਹੈ ਵਾਇਰਸ ਦੇ ਨਵੇਂ ਰੂਪਾਂ ਦੇ ਕਾਰਨ ਵੱਧਦੇ ਮਾਮਲਿਆਂ ਦੀ ਚਿੰਤਾ ਵਿਚਾਲੇ ਪੱਛਮੀ ਬੰਗਾਲ ਵਿੱਚ ਅਸਨੋਸਟਲ ਦੇ ਕਾਜ਼ੀ ਨਜ਼ਰੂਲ ਯੂਨੀਵਰਸਿਟੀ ਅਤੇ ਭੁਗਨੇਸ਼ਵਰ ਸਥਿਤ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਦੇ ਵਿਗਿਆਨੀ ਇੱਕ ਅਜੀਹਾ ਟੀਕਾ ਤਿਆਰ ਕੀਤਾ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਇਹ ਟੀਕਾ ਭਵਿੱਖ ਦੇ ਕਿਸੇ ਵੀ ਕਰੋਨਾ ਵਾਇਰਸ ਦੇ ਰੂਪ ਵਿਰੁੱਧ ਅਸਰਦਾਰ ਰਹੇਗਾ ਖੋਚ ਕਰਤਾਵਾਂ ਨੇ ਕਿਹਾ ਕਿ ਅਧਿਐਨ ਦੌਰਾਨ ਅਜਿਹੇ ਤਰੀਕੇ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਕਰੋਨਾ ਵਾਇਰਸ ਸਮੇਤ ਵਾਇਰਲ ਜਿੰਮੇਵਾਰ ਵਾਇਰਸ ਦੇ ਸਾਰੇ ਗਰੁੱਪਾਂ ਵਿਰੁੱਧ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਸਹਾਇਕ ਰਹੇਗਾ ਕਾਜ਼ੀ ਨਜ਼ਰੂਲ ਯੂਨੀਵਰਸਿਟੀ ਦੇ ਸੋਧਕਰਤਾਵਾਂ ਅਭਗਿਆਨ ਚੌத்ਰੀ ਅਤੇ ਸੁਪਰ ਭਾਤਮੁਖਰਜੀ ਦੇ ਨਾਲ ਹੀ ਆਈਆਈਐਸਈਆਰ ਦੇ 파ਰਥ ਸਾਥੀ ਨੇਤਾ ਸਿਆਨਾ ਗੁਪਤਾ, ਸਰੋਜ ਕੁਮਾਰ ਪਾਂਡਾ ਅਤੇ ਮਹਿਲਿਆ ਕੁਮਾਰ ਰਾਣਾ ਨੇ ਕਿਹਾ ਕਿ ਵਿਕਸਿਤ ਕੀਤਾ ਗਿਆ ਟੀਕਾ ਬੇਹਦ ਸਥਿਰ ਪਾਇਆ ਗਿਆ ਹੈ ਕੈਨੇਡਾ ਤੋਂ 6 ਸਾਲ ਪਹਿਲਾਂ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਸ ਮੋੜੇ 32 ਸਾਲਾ ਪੰਜਾਬੀ ਨੌਜਵਾਨ ਜਿੰਮੀ ਸੰਧੂ ਦੀ ਥਾਈਲੈਂਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਚ ਗੈਂਗ ਵਿਰੋਧੀ ਟਾਸਕ ਫੋਰਸ ਦੀ ਕੰਬਾਈਨਡ ਫੋਰਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਬ੍ਰਾਂਡਾ ਬਿਨ ਪਾਨੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਜਿੰਮੀ ਸੰਧੂ ਥਾਈਲੈਂਡ ਦੇ ਸ਼ਹਿਰ ਫੁਕਟ ਦੇ ਇੱਕ ਸਮੁੰਦਰ ਕਿਨਾਰੇ بڑے ਹੋਟਲ ਵਿੱਚ ਠਹਿਰਿਆ ਹੋਇਆ ਸੀ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੰਜਾਬ ਵਿੱਚ ਜਨਮਿਆ ਜਿਮੀ ਸੰਧੂ 7 ਸਾਲ ਦੀ ਉਮਰ ਵਿੱਚ ਕੈਨੇਡਾ ਗਿਆ ਸੀ 2010 ਤੇ 2012 ਵਿੱਚ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ ਤੇ ਗੰਭੀਰ ਅਪਰਾਧਿਕ ਦੋਸ਼ ਸਾਬਤ ਹੋਣ ਪਿੱਛੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਿਮੀ ਸੰਧੂ ਨੂੰ ਦੇਸ਼ ਨਿਕਾਲਾ ਦੇ ਕੇ 2017 ਵਿੱਚ ਭਾਰਤ ਮੋੜ ਦਿੱਤਾ ਸੀ ਫੇਸਬੁੱਕ ਦਾ ਨਾਮ ਪਿਛਲੇ ਸਾਲ ਅਕਤੂਬਰ ਵਿੱਚ ਬਦਲਿਆ ਗਿਆ ਸੀ ਜਿਸ ਤੋਂ ਬਾਅਦ ਕੰਪਨੀ ਨੂੰ ਮੀਟਾ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਦੁਨੀਆ ਉਹਨਾਂ ਦੀ ਕੰਪਨੀ ਨੂੰ ਫੇਸਬੁੱਕ ਦੇ ਤੌਰ ਤੇ ਨਹੀਂ ਸਗੋ ਇੱਕ ਮੇਟਾ ਵਰਸ ਵਜੋਂ ਜਾਣੇ ਪਰ ਦੁਨੀਆ ਨੂੰ ਕੰਪਨੀ ਦਾ ਨਵਾਂ ਨਾਂ ਰਾਸ ਨਹੀਂ ਆ ਰਿਹਾ ਨਵੇਂ ਨਾਂ ਤੋਂ ਬਾਅਦ ਵੀ ਵਿਵਾਦ ਕੰਪਨੀ ਦਾ ਪਿੱਛਾ ਨਹੀਂ ਛੱਡ ਰਹੇ ਮੇਟਾ ਨੇ ਇੱਕ ਬਿਆਨ ਚ ਕਿਹਾ ਕਿ ਜੇ ਉਸ ਨੂੰ ਯੂਰੋਪੀਅਨ ਯੂਜ਼ਰਸ ਦਾ ਡਾਟਾ ਦੂਜੇ ਦੇਸ਼ਾਂ ਨਾਲ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ ਮੈਟਾ ਨੇ ਕਿਹਾ ਕਿ ਯੂਜ਼ਰਜ਼ ਦਾ ਡਾਟਾ ਸ਼ੇਅਰ ਨਾ ਕੀਤੇ ਜਾਣ ਕਾਰਨ ਉਸ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਯੂਜ਼ਰਜ਼ ਡਾਟਾ ਦੇ ਆਧਾਰ ਤੇ ਕੰਪਨੀ ਯੂਜ਼ਰਜ਼ ਨੂੰ ਇਸ਼ਤਿਹਾਰ ਦਿਖਾਉਂਦੀ ਹੈ ਮੈਟਾ ਨੇ ਸਾਫ਼ ਤੌਰ ਤੇ ਕਿਹਾ ਕਿ ਉਹ 2022 ਦੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਕਰੇਗੀ ਪਰ ਜੇ ਡਾਟਾ ਟਰਾਂਸਫਰ ਦੀ ਸਹੂਲਤ ਨਹੀਂ ਮਿਲਦੀ ਤਾਂ ਉਸ ਨੂੰ ਫੇਸਬੁੱਕ ਇੰਸਟਾਗ੍ਰam ਸਣੇ ਆਪਣੀਆਂ ਕਈ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਮੈਟਾ ਅਮਰੀਕਾ ਦੇ ਸਰਵਰ ਤੇ ਯੂਰਪ ਯੂਜ਼ਰਸ ਦਾ ਡਾਟਾ ਸਟੋਰ ਕਰ ਰਿਹਾ ਸੀ ਪਰ ਨਵੇਂ ਨਿਯਮਾਂ ਵਿੱਚ ਡਾਟਾ ਸ਼ੇਅਰਿੰਗ ਤੇ ਮਨਾਹੀ ਹੈ ਮੈਟਾ ਨੇ ਸਿਕਿਉਰिटीज ਐਂਡ ਐਕਸਚੇਂਜ ਕਮਿਸ਼ਨ ਨੂੰ ਦੱਸਿਆ ਕਿ ਜੇ ਜਲਦ ਤੋਂ ਜਲਦ ਸਰਵਿਸ ਨੂੰ ਲੈ ਕੇ ਨਵਾਂ ਫਰੇਮਵਰਕ ਤਿਆਰ ਨਹੀਂ ਕੀਤਾ ਗਿਆ ਯੂਰੋਪੀਅਨ ਯੂਨੀਅਨ ਕਾਨੂੰਨ ਮੁਤਾਬਕ ਯੂਜ਼ਰਸ ਦਾ ਡਾਟਾ ਯੂਰਪ ਵਿੱਚ ਨਹੀਂ ਰਹਿਣਾ ਚਾਹੀਦਾ ਜਦੋਂ ਕਿ ਮੈਟਾ ਦੀ ਮੰਗ ਹੈ ਕਿ ਯੂਜ਼ਰਸ ਦਾ ਡਾਟਾ ਸ਼ੇਅਰ ਕਰਨ ਦੀ ਆਗਿਆ ਮਿਲੇ ਜ਼ਕਰਬਰਗ ਚਾਹੁੰਦੇ ਨੇ ਕਿ ਯੂਰਪ ਦੇ ਯੂਜ਼ਰਸ ਦਾ ਡਾਟਾ ਅਮਰੀਕੀ ਸਰਵਰ ਤੇ ਵੀ ਸਟੋਰ ਕੀਤਾ ਜਾਵੇ। ਦੱਸ ਦੇ ਕਿਸ ਤੋਂ ਪਹਿਲਾਂ ਪ੍ਰਾਈਵੇਸੀ ਸ਼ੀਲਡ ਐਕਟ ਦੇ ਤਹਿਤ ਯੂਰੋਪੀਅਨ ਡਾਟਾ ਨੂੰ ਯੂਐਸ ਸਰਵਰਾਂ ਤੇ ਟ੍ਰਾਂਸਫਰ ਕੀਤਾ ਜਾਂਦਾ ਸੀ ਪਰ ਇਸ ਨੂੰ ਕਾਨੂੰਨ ਨੂੰ ਯੂਰੋਪੀਅਨ ਅਦਾਲਤ ਨੇ ਜੁਲਾਈ 2020 ਵਿੱਚ ਖਤਮ ਕਰ ਦਿੱਤਾ। ਗਲਗਲ ਤੇ ਅਸਤੀਫਾ ਦੇਣ ਤੇ ਤਿੱਖੇ ਸੁਭਾਅ ਕਾਰਨ ਚਰਚਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਿਧਾਇਕ ਨਵਜੋਤ ਸਿੰਘ ਸਿੱਧੂ ਵਰਚੁਅਲ ਰੈਲੀ ਵਿੱਚ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਵੀ ਤੇਵਰ ਦਿਖਾਉਣੋਂ ਪਿੱਛੇ ਨਾ ਹਟੇ। ਇਸਦੇ ਨਾਲ ਹੀ ਉਹਨਾਂ ਨੇ ਵੱਡੇ ਬਾਦਲ ਨੂੰ ਮਚਲਿਆ ਬੁੱਢਾ ਉਹਨਾਂ ਦੇ ਪੁੱਤਰ ਸੁਖਬੀਰ ਨੂੰ ਕੱਪੀ ਅਤੇ ਰਿਸ਼ਤੇਦਾਰ ਮਜੀਠੀਆ ਤੇ ਤੰਜ ਕੱਸੇ ਇੱਥੋਂ ਦੇ ਇੱਕ ਰਿਜ਼ੋਰਟ ਵਿੱਚ ਵਰਚੁਅਲ ਰੈਲੀ 'ਚ ਬੋਲਦਿਆਂ ਸਿੱਧੂ ਦੇ ਭਾਸ਼ਣ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹਨਾਂ ਨੇ ਰਾਹੁਲ ਗਾਂਧੀ ਨਾਲ ਹੋਈ ਗੁਪਤ ਮੀਟਿੰਗ ਵਿੱਚ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਕਬੂਲ ਕਰ ਲਿਆ ਪਰ ਇਸਦੇ ਨਾਲ ਹੀ ਭਾਸ਼ਣ ਦੌਰਾਨ ਬੰਦ ਕਮਰਾ ਮੀਟਿੰਗ ਵਿੱਚ ਸਰਕਾਰ ਬਣਨ ਤੇ ਉਹਨਾਂ ਵੱਲੋਂ ਤੈਅ ਕੀਤੇ ਫੈਸਲੇ ਨਾ ਲੈਣ ਤੇ ਕੀ ਕਰਨਗੇ ਦੀ ਮੰਸ਼ਾ ਜਗ੍ਹਾ ਜ਼ਾਹਿਰ ਕਰ ਦਿੱਤੀ ਉਹਨਾਂ ਨੇ ਦਾਅਵਾ ਕੀਤਾ ਕਿ ਰਾਹੁਲ ਜੀ ਸਿੱਧੂ ਐਤਕੀ ਦਰਸ਼ਨੀ ਘੋੜਾ ਨਹੀਂ ਬਣੇਗਾ ਆਪਣੇ ਫੈਸਲੇ ਲੈਣ ਦੀ ਖੁੱਲ ਮਿਲੀ ਤਾਂ ਮਾਫੀਆ ਖਤਮ ਕਰਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਏਗਾ ਜਿਹਾ ਕਰਨ ਦਿੱਤਾ ਤਾਂ ਉਸ ਨੂੰ ਜਿਸ ਨੂੰ ਵੀ ਸੀਐਮ ਬਣਾਉਣਗੇ ਹੱਸ ਕੇ ਉਸਦੇ ਨਾਲ ਚੱਲਣਗੇ ਨਹੀਂ ਤਾਂ ਉਹਨਾਂ ਨੂੰ ਤਾਂ ਹਾਸਤੇ ਦੇ ਵੀ ਪੈਸੇ ਮਿਲਦੇ ਨੇ ਸਿੱਧੂ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਬਣੇ ਰਹੇ ਤਾਂ ਕਿਸੇ ਵੀ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਮਿਲੇਗੀ ਚਾਹੇ ਉਹਨਾਂ ਨੂੰ ਅਸਤੀਫਾ ਕਿ ਉਹਨਾਂ ਦੇਣਾ ਪਵੇ ਸਿੱਧੂ ਨੇ ਵਿਰੋਧੀਆਂ ਨੂੰ ਲੰਬੇ ਹੱਥੀ ਲੈੰਦਿਆ ਕਿਹਾ ਕੀ ਵੱਡਾ ਬਾਦਲ ਬਚਲਿਆ ਬੁੱਢਾ ਹੈ ਜਿਸਨੇ ਰਾਜ ਨਹੀਂ ਸੇਵਾ ਦਾ ਨਾਰਾ ਦੇ ਕੇ ਪੰਜਾਬ ਨੂੰ ਲੁੱਟਿਆ ਜਦਕੀ ਸੇਵਾ 10% ਕੀਤੀ ਤੇ 90% ਮੇਵਾਖਾ ਦਾ ਸੁਖਬੀਰ ਬਾਦਲ ਨੂੰ ਗੱਪੀ ਦਸਤਿਆ ਤੇ ਵਿਕਰਮਜੀਠੀਆ ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਨੇ ਕਿਹਾ ਕਿ ਕੋਠੇ ਤੋਂ ਤੋਤਾ ਬਹਿਣ ਨਹੀਂ ਦੇਣਾ ਤਸਕਰ ਰਹਿਣ ਨਹੀਂ ਦੇਣਾ ਇਸ ਦੇ ਨਾਲ ਹੀ ਸਿੱਧੂ ਕੈਪਟਨ ਅਮਲਿੰਦਰ ਸਿੰਘ ਨੂੰ ਲਪੇਟਣਾ ਨਾ ਭੁੱਲੇ ਉਹਨਾਂ ਨੇ ਕਿਹਾ ਕਿ ਇਸ ਆਪ ਦਾ ਮੁੱਖ ਮੰਤਰੀ ਕੇਂਦਰੀ ਹਾਕਮਾਂ ਦੇ ਇਸ਼ਾਰੇ ਤੇ ਨੱਚਦਾ ਸੀ ਹੁਣ ਇਹ ਡਬਲ ਇੰਜਣ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਇਸ ਦਾ ਇੰਜਣ ਸੀਜ਼ ਹੋ ਚੁੱਕਾ ਹੈ ਭਾਸ਼ਣ ਦੌਰਾਨ ਵਿਦਾਇਕ ਸਿੱਧੂ ਦੀ ਨਜ਼ਰ ਮੁੱਖ ਮੰਤਰੀ ਚੰਨੀ ਤੇ ਪਈ ਤਾਂ ਉਹਨਾਂ ਨੂੰ ਮੁਸਕਰਾਉਂਦਿਆਂ ਦੇਖ ਮਾਈਕ ਤੋਂ ਹੀ ਕਿਹਾ ਮੁਸਕਰਾਣਾ ਤਾੜੀ ਮਾਰ ਜਿਸ ਤੇ ਤਾੜੀ ਮਾਰਦੇ ਹੋਏ ਸੀਐਮ ਚੰਨੀ ਉੱਠੇ ਅਤੇ ਭਾਸ਼ਣ ਦੇ ਰਹੇ ਸਿੱਧੂ ਨੂੰ ਜੱਫੀ ਪਾਉਣ ਪੁੱਜੇ 2 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੋਵਿਡ ਪੋਜ਼ਿਟਿਵ ਮਰੀਜ਼ਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ ਅਜਿਹਾ ਨਹੀਂ ਹੈ ਕਿ ਕੋਈ ਮਤਦਾਤਾ ਕੋਵਿਡ ਪੋਜ਼ਿਟਿਵ ਹੈ ਤਾਂ ਮਤਦਾਨ ਨਹੀਂ ਕਰ ਸਕੇਗਾ ਕੋਵਿਡ ਮਰੀਜ਼ਾਂ ਨੂੰ ਜ਼ਿਲ੍ਹਾ ਪੱਧਰ ਤੇ ਚੋਣ ਅਧਿਕਾਰੀਆਂ ਵੱਲੋਂ ਬੈਲਟ ਪੇਪਰ ਮੁਹੱਈਆ ਕਰਵਾਇਆ ਜਾਏਗਾ ਉਹਨਾਂ ਦੀ ਵੋਟ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਪੀਪੀ ਕਿਟ ਪਾ ਕੇ ਉਹਨਾਂ ਦੇ ਘਰ ਚਾਏਗੀ ਮਤਦਾਤਾ ਵੋਟ ਕਰੇਗਾ ਇਸ ਦੇ ਨਾਲ ਨਾਲ ਮਤਦਾਨ ਬੂਥਾਂ ਤੇ ਵੀ ਕੋਵਿਡ ਫੈਲਣ ਨੂੰ ਰੋਕਣ ਤੇ ਪੂਕਤਾ ਪ੍ਰਬੰਧ ਕੀਤੇ ਜਾਣਗੇ ਇਸ ਤਰ੍ਹਾਂ ਹੁਣ ਸੱਤਿਆ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਸਟ